ਗਿਆ, ਜਿਹੜਾ ਇੱਕ ਹੌਲਦਾਰ 30,000 ਰਿਸ਼ਵਤ ਨਾਲ ਫੜਿਆ ਗਿਆ। ਸਰ ਕੀ ਮਾਮਲਾ ਸਰ, ਕਿੱਥੋਂ ਰਿਸ਼ਵਤ ਲਿੱਤੀ ਸਰ? ਇਹ ਮੰਗਲ ਸਿੰਘ ਪਿੰਡ ਚਪਾਤੀ ਤਹਿਸੀਲ ਗੁਰੂ ਹਰ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਨੇ ਸਾਨੂੰ ਇਹ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਖਿਲਾਫ ਇੱਕ ਦਰਖਾਸਤ ਦੀ ਪੜਤਾਲ ਮੁੱਖ ਸਿਪਾਹੀ ਮੁਖਤਿਆਰ ਸਿੰਘ SDF ਫਿਰੋਜ਼ਪੁਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਿਹੜਾ ਹੌਲਦਾਰ ਮੁਖਤਿਆਰ ਸਿੰਘ ਹੈ ਉਹ ਉਸ ਤੋਂ 30,000 ਰੁਪਏ ਬਤੌਰ ਰਿਸ਼ਵਤ ਮੰਗ ਰਿਹਾ ਹੈ ਕਿ ਉਹ ਇਸ ਨੂੰ ਇੰਨੇ ਪੈਸੇ ਦੇਗਾ ਤਾਂ ਉਸਦੀ ਜਿਹੜੀ ਦਰਖਾਸਤ ਹੈ ਇਹ ਮੈਂ ਠੀਕ ਉਹਦੇ ਹੱਕ ਵਿੱਚ ਕਰਕੇ ਫਾਇਲ ਕਰਾਂਗਾ।